ਜੀ ਇੱਕ ਵਾਰ ਫਿਰ ਤੋਂ ਜਬਰੇ ਦੀ ਹੱਟੀ ਤੋਂ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਸਿੰਗਲ ਸਿੰਗਲ ਸੂਟ ਜੋ ਸਾਡੇ ਕੋਲ ਬਚੇ ਹੋਏ ਹੈਗੇ ਆ ਜਿਨ੍ਹਾਂ ਵਿੱਚ ਜ਼ਿਆਦਾਤਰ ਗਰਮੀਆਂ ਦਾ ਕਨਸੈਪਟ ਆਊਗਾ ਇੱਕ ਟੈਕਸ ਦੇ ਪੀਸ ਹੋਣਗੇ ਸਭ ਤੋਂ ਪਹਿਲਾਂ ਪੀਸ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਮਲਟੀ ਸ਼ੇਡ ਦਾ ਜੋ ਦੁਪੱਟਾ ਤੁਸੀਂ ਦੇਖ ਰਹੇ ਹੋ ਔਰ ਇਹ ਵਾਲਾ ਦੁਪੱਟਾ ਮਸਰੀਨ ਦਾ ਲੱਗਿਆ ਹੋਇਆ ਵਿਦ ਲੈਸ ਹੈਗਾ ਯਰ ਜੱਟ ਦਾ ਪੀਸ ਹੈ ਇਹਦਾ ਸਭ ਤੋਂ ਪਹਿਲਾ ਪੀਸ ਹੈਗੇ ਸੀ ਠੀਕ ਹੈ ਇਸ ਪੀਸ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਜਿਹੜੀਆਂ ਇਸ ਦੀਆਂ ਬਾਜ਼ੂ ਨੇ ਜੀਆਂ ਉਹ ਵੀ ਵਰਕ ਹੋਈਆਂ ਮਿਲਣੀਆਂ ਐ ਦੇਖੋ ਇਹ ਬਾਜ਼ੂ ਦਾ ਡਿਜ਼ਾਈਨ ਹੈਗਾ ਤੇ ਇਹ ਨੈਕ ਬਣਿਆ ਹੋਇਆ ਠੀਕ ਹੈ ਜੀ ਨੈਕ ਦਾ ਪ੍ਰੋਪਰ ਇਹ ਵਾਲਾ ਪੀਸ ਹੈ ਇਹ ਜਾਰਜਟ ਦਾ ਪੀਸ ਰਹਿਣ ਵਾਲਾ ਬਲੈਕ ਕਲਰ ਹੈ ਇਸ ਤੋਂ ਅਗਲਾ ਜਿਹੜਾ ਪੀਸ ਹੈਗਾ ਇਹ ਉਹ ਪੀਸ ਅਸੀਂ ਤੁਹਾਨੂੰ ਦਿਖਾਉਣਾ ਹੈਗਾ ਲੋਚ ਵਿਦ ਪਿਓਰ ਦੇ ਦੁਪੱਟੇ ਨਾਲ ਠੀਕ ਹੈ ਪਿਓਰ ਦਾ ਦੁਪੱਟਾ ਰਹਿਣ ਵਾਲਾ ਇਹ ਵਾਲਾ ਕਲਰ ਰਹਿਣ ਵਾਲਾ ਹੈਗਾ કોટਨ ਦਾ ਪੀਸ ਹੈ ਗਰਮੀ ਵਾਲਾ ਪਲੇਨ ਇਦਾਂ ਬਾਟਮ ਰਹਿਣ ਵਾਲੀ ਹੈ ਰੇਟ ਤੁਹਾਨੂੰ ਮੈਂਸ਼ਨ ਕਰ ਦਿੱਤੀ ਹੈ ਯਾਨੀ ਕਿ ਤੁਸੀਂ ਇਨਬਾਕਸ ਜਿਹੜੇ ਮਰਜ਼ੀ ਪੀਸ ਦਾ ਰੇਟ ਹੈ ਜਿਹੜਾ ਤੁਸੀਂ ਉਹ ਸਾਡੇ ਕੋਲੋਂ ਪੁੱਛ ਸਕਦੇ ਹੋ ਠੀਕ ਹੈ ਜੀ ਨੈਕਸਟ ਪੀਸ ਆਉਣਾ ਹੈਗਾ ਗਰਮੀ ਵਾਲਾ ਇਹ 2200 ਦੀ ਰੇਂਜ ਦੇ ਵਿੱਚ ਵਿਕਣ ਵਾਲਾ ਪੀਸ ਹੈ ਤੁਸੀਂ ਦੇਖੋ ਕਿ ਆ ਇਹ ਸਾਰੀ embroiderry ਹੋਈ ਵੀ ਹੈ ਇਸ ਪੀਸ ਦੀ ਠੀਕ ਹੈ ਜੀ ਕਿਹੜੇ-ਕਿਹੜੇ ਤੇ embroiderry ਹੈ ਵਿਦ ਪਿਓਰ ਦਾ ਦੁਪੱਟਾ ਰਹਿਣ ਵਾਲਾ ਡਿਜੀਟਲ ਦੁਪੱਟਾ ਸੀ ਪਿਓਰ ਦਾ ਠੀਕ ਹੈ ਜੀ ਇਸ ਤਰ੍ਹਾਂ ਇਸ ਦੇ ਵਿੱਚ ਪਲੇਨ ਬਾਟਮ ਰਹਿਣ ਵਾਲੀ ਹੈ ਇਸ ਤੋਂ ਅਗਲਾ ਕਲਰ ਆ ਜਾਏਗਾ ਆਫ ਵਾਈਟ ਕਰੀਮ শেਡ ਦੇ ਨਾਲ ਗ੍ਰੀਨ ਬੋਰਡ ਹੋਏਗਾ ਇਸ ਦਾ ਅਰ ਨੈਕ ਬਣੀ ਹੋਈ ਹੈ ਬ੍ਰਾਊਨ ਕਲਰ ਦੀ ਇਸ ਦੇ ਨਾਲ ਵੀ ਪਿਓਰ ਦਾ ਦੁਪੱਟਾ ਜਿਹੜਾ ਡਿਜੀਟਲ ਇਸ ਤਰ੍ਹਾਂ ਰਹਿਣ ਵਾਲਾ ਹੈ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਇੱਕ ਸਾਈਡ ਦੇ ਉੱਤੇ ਬ੍ਰਾਊਨ ਆਊਗਾ ਇੱਕ ਸਾਈਡ ਦੇ ਉੱਤੇ ਗ੍ਰੇ ਆਊਗਾ 3D ਦੁਪੱਟਾ ਬਣਿਆ ਬਾਟਮ ਨਾਲ ਇਸ ਤੋਂ ਅਗਲਾ ਪੀਸ ਜਿਹੜਾ ਰਹਿਣ ਵਾਲਾ ਹੈਗਾ ਵਾਹ ਕੀ ਬਾਤ ਹੈ ਬਹੁਤ ਸੋਨਾ ਸੋਨਾ ਡਿਜ਼ਾਈਨ ਹੈ گلاب ਦੇ ਫੁੱਲ ਬਣੀ ਹੋਈ ਹੈਗੇ ਪੀਸ ਤੇ ਠੀਕ ਹੈ ਜੀ ਪੀਸ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਮਸਲੀਨ ਦਾ ਦੁਪੱਟਾ ਰਹਿਣ ਵਾਲਾ ਹੈ ਇਹ ਦੁਪੱਟਾ ਮਸਲੀਨ ਦਾ ਹੈਗਾ ਠੀਕ ਹੈ ਜੀ ਵਿਦ ਪਲੇਨ ਬਾਟਮ ਹੈ ਬਾਜ਼ੂ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਸ ਤੋਂ ਅਗਲਾ ਡਿਜ਼ਾਈਨ ਵੀ ਮਸਲੀਨ ਦੇ ਦੁਪੱਟੇ ਨਾਲ ਬਾਰਡਰ ਬਣਿਆ ਹੋਇਆ ਹੈ ਇਹ ਪਲੇਨ ਬਾਟਮ ਹੈਗੀ ਹੈ ਇਸ ਤਰ੍ਹਾਂ ਜਦ ਮਸਲੀਨ ਦਾ ਦੁਪੱਟਾ ਜਿਹੜਾ ਮਲਟੀ ਕਲਰ ਦੇ ਵਿੱਚ ਜਿੱਦਾਂ ਪਾਕਿਸਤਾਨੀ ਡਿਜ਼ਾਈਨ ਹੁੰਦਾ ਪ੍ਰੋਪਰ ਇਸ ਤਰ੍ਹਾਂ ਦਾ ਦਾ ਮਸਲੀਨ ਦਾ ਦੁਪੱਟਾ ਰਹਿਣ ਵਾਲਾ ਜਿਹੜੇ ਵੀ ਪੀਸ ਤੁਸੀਂ ਪਿਕ ਕਰੋਗੇ ਉਸ ਨੂੰ ਅਲੱਗ ਤੋਂ ਵੀ ਪਾ ਦਾਂਗੇ ਤੇ ਰੇਟ ਵੀ ਮੈਂਸ਼ਨ ਜੇ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਨਬਾਕਸ ਦੇ ਵਿੱਚ ਹੀ ਰੇਟ ਇਸ ਤੇ ਮਿਲਣਗੇ ਜਿਸ ਦਾ ਵੀ ਰੇਟ ਪੁੱਛੋਗੇ ਉਸ ਦਾ ਰੇਟ ਅਸੀਂ ਇਸ ਤਰ੍ਹਾਂ ਜਿਹੜਾ ਹੈਗਾ ਨਹੀਂ ਸੋ ਕੀਤਾ ਇਹ ਲੀਲਨ ਜਿੱਦਨ ਲੀਲਨ ਟੱਚ ਕਪੜਾ ਕੇ ਦੀ ਏਕੇ ਟੈਕਸ ਦਾ ਕਪੜਾ ਹੈਗਾ ਠੀਕ ਹੈ ਜੀ ਆਹ ਵੇਖੋ ਲੀਲਨ ਟੱਚ ਦੇ ਵਿੱਚ ਬਹੁਤ ਪਿਆਰਾ ਪੀਸ ਹੈ ੜਾ ਬਣਿਆ ਹੋਇਆ ਇਹਰੇ ਇਸ ਤਰ੍ਹਾਂ ਬਾਰਡਰ ਬਣੇ ਪੱਟੀ ਦੇ ਨਾਲ ਇਹ ਹੋਈ ਪ੍ਰਿੰਟਿੰਗ ਹੋਈ ਹੈ ਲੱਗੂ ਇਸ ਤਰ੍ਹਾਂ ਜਿਦਾ ਇਹ ਲੈਸ ਲੱਗੀ ਹੋਈ ਪਰ ਇਹ ਲੈਸ ਨਹੀਂ ਲੱਗੀ ਹੋਈ ਪ੍ਰਿੰਟਿੰਗ ਦਾ ਡਿਜ਼ਾਈਨ ਹੈ ਇਸ ਦੇ ਵਿੱਚ ਬਹੁਤ ਪਿਆਰਾ ਪਿਓਰ ਦਾ ਦੁਪੱਟਾ ਜਿਹੜਾ ਰੈਣ ਵਾਲਾ ਡਿਜੀਟਲ ਦਾ ਇਹ ਪੀਸ ਬਣਿਆ ਹੋਇਆ ਆ ਵਰਕ ਹੋਇਆ ਹੋਇਆ ਇਹ ਵਰਕੇ ਦਾ ਨੈਕ ਦੇ ਵਿੱਚ ਇਹ ਸਾਰਾ ਵਰਕ ਹੈ ਇਹ ਪਲੇਨ ਇਸ ਦੀ ਗ੍ਰੇ ਬਾਟਮ ਹੈ बहुत मिठे रेट पर जो पीस है लगा देंगे इस तो अगला पीस भी इंब्रॉयडरी का रन वाला ठीक है जी इस इंबरॉयडरी है इसका प्योर का दुपट्टा है ठीक है जी प्लेन बॉटम है इस तरह ही पीस बनया हुआ इसके कलर तो हम दिखा दें साढ़े तीन कलर बचे हुए हैं एक वाला तो ए वाला ਚਕੇ ਦੀ ਇਹ ਵੀ ਗਰਮੀਆਂ ਦਾ ਬਹੁਤ ਪਿਆਰਾ ਬਹੁਤ ਸੋਹਣੀ ਕਾਟਨ ਲੱਗੀ ਹੋਈ ਹੈ ਇਹ ਵਾਲਾ ਤੁਸੀਂ ਪੀਸ ਦੇਖ ਸਕਦੇ ਹੋ ਇਸ ਤੇ ਵੀ ਐਮਬਲੋਇਟਰੀ ਹੋਈ ਹੋਈ ਹੈ ਏਕੇ ਟੈਕਸ ਦਾ ਇਹ ਵਾਲਾ ਪੀਸ ਹੈ ਇਹ ਵੀ ਐਮਬਲੋਇਟਰੀ ਹੈ neck ਤੇ ਐਮਬਲੋਇਟਰੀ ਬਣੀ ਹੈ ਨਾਲ ਇਸ ਤਰ੍ਹਾਂ ਪਿਆਰਾ ਦਾ ਦੁਪੱਟਾ ਹੁਣ ਵਾਲਾ ਜਿਹੜਾ ਤੁਸੀਂ ਇਹ ਵਾਲਾ ਆਰਟੀਕਲ ਦੇਖਦੇ ਹੋ ਇਹ ਵਾਲਾ ਆਰਟੀਕਲ ਜਿੱਦਾਂ ਮੈਂ ਪਹਿਲਾਂ ਦਿਖਾਇਆ ਤੁਹਾਨੂੰ ਪਲੇਨ ਬਾਟਮ ਨਾਲ ਆਰਟੀਕਲ ਅਸੀਂ ਦਿਖਾਇਆ ਇਸ ਤੇ ਵੀ ਘੇਰੇ ਤੇ ਵਰਕ ਹੋਇਆ ਹੋਇਆ ਹੈ ਤੁਸੀਂ ਸਰਦੀ ਚ ਵੀ ਵੀਰ ਕਰ ਸਕਦੇ ਹੋ ਲਾਈਨਿੰਗ ਲਗਾ ਕੇ ਬਹੁਤ ਪਿਆਰੀ ਕਾਟਨ ਲੱਗੀ ਹੋਈ ਹੈ ਇਹ ਇਸ ਦਾ ਰੇਟ ਸਾਡਾ ਸੀਗਾ ਰਹਿਣ ਵਾਲਾ ਸੀਗਾ 2700 ਦੀ ਰੇਂਜ ਦਾ ਪੀਸ ਹੈਗਾ ਸੀ 25 24 2500 ਦੀ ਰੇਂਜ ਤੱਕ ਸੀਲਿੰਗ ਵਾਲਾ ਪੀਸ ਸੀਗਾ ਬਹੁਤ ਮਿੱਠੇ ਰੇਟ ਤੇ ਲਾ ਦਾਂਗੇ ਜਿੱਦਾਂ ਮੈਂ ਕਹਿ ਰਿਹਾ ਸੀ ਕਿ ਤੁਸੀਂ ਵੇਖ ਰਹੇ ਸੀ ਪਹਿਲਾਂ ਪਲੇਨ ਬਾਟਮ ਨਾਲ ਸੀ ਇਹ ਸਾਰਾ ਹੀ ਪੀਸ ਸਾਡਾ ਜਿਹੜਾ ਰਹਿਣ ਵਾਲਾ ਹੈਗਾ ਇਹ ਆਲ ਓਵਰ ਦਾ ਪੀਸ ਹੈ ਇਸ ਤਰ੍ਹਾਂ ਮਸਲੀਨ ਦਾ ਦੁਪੱਟਾ ਹੈਗਾ ਜਰਾਨਿੰਗ ਚ ਬਹੁਤ ਪਿਆਰਾ ਡਿਜ਼ਾਈਨ ਹੈਗਾ ਜੇ ਤੁਸੀਂ ਸੋਬਰ ਜਿਹਾ ਪੀਸ ਪਾਉਣਾ ਚਾਹੁੰਦੇ ਹੋ ਤਾਂ ਬਹੁਤ ਪਿਆਰਾ ਪੀਸ ਹੈ ਕਿਉਂਕਿ ਇਸ ਦੇ ਨਾਲ ਪਲੇਨ ਬਾਟਮ ਨਹੀਂ ਹੈ neck ਤੇ ਵਰਕ ਹੈਗਾ ਇਹ ਸਾਰੇ ਦਾ ਸਾਰਾ ਹੀ ਕਪੜਾ ਰਾਨੀ ਦੇ ਵਿੱਚੋਂ 5 ਮੀਟਰ ਤੁਹਾਨੂੰ ਇਹ ਸਾਰਾ ਮਿਲਣ ਵਾਲਾ ਹੈਗਾ ਠੀਕ ਹੈ ਜੀ ਤੇ ਇਸ ਦੇ ਵਿੱਚ ਦੋ ਕਲਰ ਸਾਡੇ ਕੋਲੇ ਬਚੇ ਹੋਏ ਹੈਗੇ ਇੱਕ ਤੁਸੀਂ ਦੇਖ ਲਿਆ ਲੇਮਨ yellow ਜਿਹਾ ਸੀਗਾ ਕਲਰ ਉਹ ਲਾਈਟ ਇਹ ਵਾਲਾ ਪਿੰਕ ਕਲਰ ਦਾ ਪੀਸ ਹੈ ਇਸ ਤੇ ਵੀ ਐਮਬਲੋਇਡਰੀ ਇਸ ਤਰ੍ਹਾਂ ਬਣੀ ਹੋਈ ਹੈ ਦੁਪੱਟਾ ਵੀ ਇਹਦਾ ਇਹ ਬਣਿਆ ਹੋਇਆ ਬਹੁਤ ਪਿਆਰਾ ਪੀਸ ਹੈ ਦੋ ਪੀਸ ਇਹਦੇ ਬਚੇ ਹੋਏ ਜੇ ਤੁਸੀਂ ਚਾਹੁੰਦੇ ਹੋ ਤੁਸੀਂ ਖਰੀਦਣਾ ਹੈਗਾ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਮੈਸੇਜ ਕਰ ਸਕਦੇ ਹੋ ਇਹ ਸੌਫੀਆ ਦਾ ਪੀਸ ਹੈਗਾ ਇਹ ਕਾਟਨ ਨਾਲ ਕਾਟਨ ਦੁਪੱਟਾ ਹੁੰਦਾ ਹੁੰਦਾ ਸੀ ਜੀ ਠੀਕ ਹੈ ਇਹ ਵੀ ਸਾਡੇ ਕੋਲ ਸਿੰਗਲ ਪੀਸ ਬਚਿਆ ਹੋਇਆ ਬਹੁਤ ਸੋਹਣਾ ਦੁਪੱਟਾ ਮੈਂ ਤੁਹਾਨੂੰ ਲਓ ਜੀ ਇਹ ਸਾਰਾ ਦਾ ਦੁਪੱਟਾ ਹੈਗਾ ਪਲੇਨ ਇਸ ਤੇ ਨਾ ਬਾਟਮ ਰਹਿਣ ਵਾਲੀ ਹੈ ਇਹ ਇੱਕ ਪੀਸ ਹੈਗਾ ਸਾਡੇ ਕੋਲ ਮਿੱਠਾ ਰੇਟ ਲਾ ਕੇ ਦੇ ਦਾਂ ਇਸ ਤੋਂ ਅਗਲਾ ਪੀਸ ਹੈਗਾ ਜੀ ਆ ਦੇ ਪ्युअर ਦੇ ਦੁਪੱਟੇ ਦਾ ਡਿਜੀਟਲ ਦਾ ਦੁਪੱਟਾ ਲੱਗੇ ਹੋਏ ਹੈਗਾ ਸਾਰਾ ਠੀਕ ਹੈ ਤੇ ਇਹ ਪ्युअर ਦੀ ਦੁਪੱਟੇ ਤੋਂ ਬਾਅਦ ਇਸ ਪੀਸ ਦਾ ਡਿਜ਼ਾਈਨ ਹੈ ਉਹ ਬਾਜ਼ੂ ਦਾ ਡਿਜ਼ਾਈਨ ਬਣਿਆ ਹੋਇਆ ਹੈ ਜਾਵਰੇ ਦੀ ਹੱਤੀ ਉਹ ਹਰਟਿਕਲ ਹੈਗਾ ਇਸ ਦੇ ਵਿੱਚ ਸੈਕੰਡ ਕਲਰ ਸੀ ਦਾ ਬਚਿਆ ਹੋਇਆ ਸੀਗਾ ਆਫ ਵਾਈਟ ਪੀਸ ਬਹੁਤ ਪਿਆਰਾ ਪੀਸ ਹੈਗਾ ਇਹ ਦੁਪੱਟਾ ਤੁਸੀਂ ਦੇਖ ਸਕਦੇ ਹੋ ਡਿਜੀਟਲ ਠੀਕ ਹੈ ਜੀ ਇਸ ਦੀ ਬਾਟਮ ਵੀ ਪਲੇਨ ਸੇਮ ਕਲਰ ਦੀ ਵਾਈਟ ਕਲਰ ਚ ਆਏਗੀ ਆਫ ਵਾਈਟ ਚ ਤੇ ਪੀਸ ਦੇਖੋ ਕਿੰਨਾ ਪਿਆਰਾ ਬਣਿਆ ਹੈ ਇਸ ਦੇ ਬਾਜ਼ੂ ਦਾ ਡਿਜ਼ਾਈਨ ਵੀ ਐਕਸਟਰਾ ਆਵੇਗਾ ਅਗਲਾ ਕਨਸੈਪਟ ਵੀ ਬਿਲਕੁਲ ਇਸੇ ਤਰ੍ਹਾਂ ਦਾ ਹੀ ਹੈ ਡਿਜ਼ਾਈਨਿੰਗ ਹੀ ਅਲੱਗ ਰਹਿਣ ਵਾਲੀ ਹੈ ਕਪੜਾ ਕਾਟਨ ਸੀ ਉਹਨਾਂ ਵਧੀਆਲੀ ਚ ਏਕੇ ਟੈਕਸ ਦਾ ਕਪੜਾ ਹੈਗਾ ਇਸ ਦੇ ਨਾਲ ਵੀ ਪਿਆਰ ਡਿਜੀਟਲ ਦੁਪੱਟਾ ਜਿਹੜੇ ਜਿਹੜੇ ਜਿੱਦਾਂ ਜਿੱਦਾਂ ਆਰਟੀਕਲ ਦੇ ਦੁਪੱਟੇ ਹੈਗੇ ਅਸੀਂ ਤੁਹਾਨੂੰ ਉਸ ਤਰ੍ਹਾਂ ਦੱਸ ਰਹੇ ਹਾਂ ਅਲੱਗ ਤੋਂ ਅਲੱਗ ਲੈ ਕੇ ਕਿਸੇ ਨਾਲ ਮਸਲੀਨ ਹੈਗਾ ਕਿਸੇ ਨਾਲ ਹਾਫ ਪਿਓਰ ਹੈਗਾ ਹਾਫ ਪਿਓਰ ਦੁਪੱਟਾ ਇਹਨਾਂ ਵਾਲਾ ਠੀਕ ਹੈ ਜੀ ਤੇ ਇਹ ਵਾਲਾ ਪੀਸ ਹੈ ਕੋ ਬੜਾ ਪਿਆਰਾ ਜਿਹਾ ਪੀਸ ਹੈ ਜੈਨੂਨ ਜ ਤੁਸੀਂ ਦੇਖੋ ਕਿੰਨਾ ਪਿਆਰਾ ਆਰਟੀਕਲ ਬਣਿਆ ਆਫ ਵਾਈਟ ਨਾਲ ਜਿੱਦਾਂ ਮੈਂ ਪਹਿਲਾਂ ਵਿਖਾਇਆ ਸੀ ਪਹਿਲਾਂ ਵਾਲੇ ਆਰਟੀਕਲ ਨਾਲ ਜਿਹੜਾ ਦੁਪੱਟਾ ਰਹਿਣ ਵਾਲਾ ਸੀਗਾ ਉਹ ਹਾਫ ਪਿਓਰ ਦਾ ਦੁਪੱਟਾ ਸੀਗਾ ਇਸਦੇ ਵਿੱਚ ਜਿਹੜਾ ਤੁਹਾਨੂੰ ਦੁਪੱਟਾ ਮਿਲਣ ਵਾਲਾ ਹੈ ਉਹ ਮਸਲੀਨ ਦਾ ਦੁਪੱਟਾ ਮਿਲਣ ਵਾਲਾ ਹੈ ਇਹ ਸਾਰੇ ਕਲਰ ਸੇਲ ਹੋ ਗਏ ਸੀਗੇ ਇਹ ਪਤਾ ਨਹੀਂ ਕਿੱਦਾਂ ਇਧਰ ਉਧਰ ਰਹਿ ਗਿਆ ਲੁਕਿਆ ਹੋਇਆ ਪੀਸ ਉਹ ਬਚਣ ਵਾਲਾ ਪੀਸ ਨਹੀਂ ਸੀਗਾ ਬਹੁਤ ਸੋਹਣਾ ਪੀਸ ਹੈ ਦੇਖੋ ਮਸਲੀਨ ਦਾ ਦੁਪੱਟਾ ਤੁਹਾਡੇ ਸਾਡੇ ਨਾਲਾ ਪੀਸ ਨਹੀਂ ਹੈਗਾ ਇਹ ਵਾਲਾ ਇਸ ਦਾ ਬਾਈਟ ਬਾਟਮ ਹੈਗੀ ਆ ਮੇਰਾ ਲਾਸਟ ਪੀਸ ਹੈ ਜੀ ਇਸ ਵੀਡੀਓ ਦਾ ਬੜਾ ਸੋਹਣਾ ਸਭ ਤੋਂ ਪਿਆਰਾ ਮਲਟੀ ਕਲਰ ਦੇ ਵਿੱਚ ਪੀਸ ਹੈ ਸਭ ਤੋਂ ਪਿਆਰਾ ਠੀਕ ਹੈ ਜੀ ਇਹ ਸਟੀਮਬਰਾਇਡਰੀ ਹੋਈ ਹੋਈ ਹੈਗੀ ਆ ਵਾਹ ਕੀ ਬਤਾਂ ਤੁਸੀਂ ਦੇਖ ਸਕਦੇ neck ਤੱਕ ਉਹ ਪ੍ਰੋਪਰ ਇਹ ਵਾਲੀ ਵੀ ਐਮਬਰਾਇਡਰੀ ਜਾ ਰਹੀ ਹੈ ਇਹ ਸਾਰੀ ਐਮਬਰਾਇਡਰੀ ਹੈ ਇਸ ਦੇ ਨਾਲ ਇਹ ਪਲੇਨ ਬਾਟਮ ਰਹਿਣ ਵਾਲੀ ਹੈ ਇਹ ਵਾਲੀ ਠੀਕ ਹੈ ਜੀ ਔਰ ਪਲੇਨ ਬਾਟਮ ਤੋਂ ਬਾਅਦ ਦੇ ਵਿੱਚ ਇਹ ਵਾਲਾ ਰਹਿਣ ਵਾਲਾ ਹੈਗਾ ਇਸ ਦਾ ਦੁਪੱਟਾ ਜੀ ਡਿਜੀਟਲ ਹਾ ਪਿਓਰ ਦਾ ਫੁੱਲ ਖੁੱਲੇ ਡੁੱਲੇ ਸਾਈਜ਼ ਦੇ ਵਿੱਚ ਦੁਪੱਟਾ ਰਹਿਣ ਵਾਲਾ ਠੀਕ ਹੈ ਇਸ ਤਰ੍ਹਾਂ ਮਲਟੀ ਸ਼ੇਡ ਆਊਗਾ ਦੁਪੱਟਾ ਤੇ ਇਹ ਸੀ ਸਾਡਾ ਲਾਸਟ ਪੀਸ ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਕੋਈ ਪੀਸ ਅੱਛੇ ਲੱਗੇ ਤੁਸੀਂ ਅਗਲੀ ਗਰਮੀ ਦੇ ਲਈ ਜੇ ਹੁਣ ਵੀ ਤੁਸੀਂ 1.5 ਮਹੀਨੇ ਇਹ ਪੀਸ ਪਹਿ ਜਾਣਗੇ ਰਾਮ ਨਾਲ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਆਰਡਰ ਜ਼ਰੂਰ ਕਰ ਦਿਓ ਅਸੀਂ ਤੁਹਾਨੂੰ ਰੇਟ ਵੀ ਮੈਂਸ਼ਨ ਕਰ ਦਾਂਗੇ ਤੇ ਤੁਹਾਡਾ ਪੀਸ ਵੀ ਰੱਖ ਦਾਂਗੇ ਇਸ ਵੀਡੀਓ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਸਤਿ ਸ੍ਰੀ ਅਕਾਲ